e mangiare ancora un crasi che sarà. E tu vuoi dire un'altra bandiera? Tu non è qua? Come è tu? Mutate? So che era te e che va generale. So hello guys, good morning, chi ha chiesto? So che è zappa un anno che ti ha rotto che è te ha ponciabili e per la faccia la cialù. ਤੁਹਾਨੂੰ ਮੈਂ ਦਿਖਾਉਣਾ ਹੁਣ ਗੱਲਬਾਤ ਦੇਖੋ ਮੈਂ ਕਿੰਨੀ ਉੱਚੀ ਖੜਾ ਕੇ ਦੇਖੋ ਆਹ ਦੇਖੋ ਸਾਡਾ ਬਰਿੰਡਾ ਸਾਰਾ ਆਉਂਦਾ ਨਜ਼ਾਰਾ ਪੂਰਾ ਦੇਖ ਕੇ ਆਹ ਦੇਖੋ ਇੱਧਰ ਸਟੇਸ਼ਨ ਆ ਗਿਆ ਸਾਡਾ ਦੇਖੋ ਵਿਊ ਕਿੰਨਾ ਘੈਂਟਾ ਰਿਹਾ ਸੁਬਹ ਦੇ ਹੈਗਾ ਪਰਲ ਕੰਪਨੀ ਦਾ ਮੋਲ ਆਹ ਦੇਖ ਸਕਦੇ ਹੋ ਤੁਸੀਂ ਇੱਧਰ ਸਟੇਸ਼ਨ ਆ ਗਿਆ ਆਪਣਾ ਥੱਲੇ ਤਾਂ ਕੁਝ ਦਿਖ ਨਹੀਂ ਰਿਹਾ ਸੋ ਆਪਾਂ ਹੁਣ ਦੇਖਦੇ ਹਾਂ ਚਾਹ ਬਣਾ ਕੇ ਦੇਖਦੇ ਹਾਂ ਰੋਟੀ 'ਚ ਪਾਣੀ ਛੱਡ ਕੇ ਆ ਰਿਹਾ ਨਹੀਂ ਆ ਰਿਹਾ ਸੋ ਗਏ ਜਾ ਕੇ ਰੋਟੀ 'ਚ ਪਾਣੀ ਤਾਂ ਆ ਗਿਆ ਓਏ ਸੋ ਗਾਇਸ ਮੈਂ ਹੁਣੇ ਘਰੇ ਆਇਆ ਸੀਗਾ ਅਤੇ ਹੁਣ ਆਪਾਂ ਚਾਹ ਛੱਡਦੇ ਹਾਂ ਫਿਰ ਆਪਾਂ ਦੁਕਾਨ ਜਾਵਾਂਗੇ ਯਾਰ ਤੁਹਾਨੂੰ ਡਿਜੀ ਆ ਲੱਗ ਰਹੀ ਤੁਹਾਨੂੰ ਨਹੀਂ ਲੱਗੀ ਹੈ ਗਾਇਸ ਸੋ ਗਏ ਤਾਂ ਆਪਣੀ ਚਾਹ ਆ ਚੁੱਕੀ ਹੈ ਚਾਹ ਪੀ ਲਈਏ ਅਤੇ ਫਿਰ ਚੱਲਦੇ ਹਾਂ ਗਰਮੀ ਬਹੁਤ ਹੋਈ ਪਈ ਯਾਰ ਬਹੁਤ ਨਹੀਂ ਆ ਬੋਲ ਬੜਾ ਮੌਸਮ ਖਰਾਬ ਸੋ ਗਏ ਇੱਧਰ ਮੰਜਾ ਮੁੰਜਾ ਬਣੀ ਤਿਆਰੀ ਚੱਲ ਰਹੀ ਹੈ ਦੁਪਹਿਰ ਹੋਈ ਪਈ ਸਵੇਰ ਸਵੇਰ ਗੱਡੀ ਦੇ ਵਿੱਚ ਵੀ ਕੋਈ ਨਹੀਂ ਹੈ ਸੋ ਮੈਂ ਇਹਦਾ ਬਲੋਗ ਫਿਰ ਸਟਾਰਟ ਕਰ ਰਿਹਾ ਉਹਦੇ ਅਤੇ ਫਿਰ ਆਪਾਂ ਦੁਕਾਨ ਲੈ ਜਾਣਾ ਥੋੜ੍ਹੀ ਦੇਰ ਬਾਅਦ ਇੱਧਰ ਮੰਮੀ ਤੁਰੀ ਫਿਰਦੀ ਹੈ ਅਤੇ ਪਿੱਛੇ ਤੋਂ ਜਿਸ ਦੇ ਮੇਰੇ ਇਹ ਮੰਜਾ ਰੰਗ ਰੂੰਗ ਕਰਾਇਆ ਸੀਗਾ ਯਾਰ ਸਾਰਾ ਇੱਥੋਂ ਵੀ ਵਧੀਆ ਬਣਾਤਾ ਬੰਦੇ ਨੇ ਸੋ ਰੰਗ ਕਰਾ ਕੇ ਸੋ ਗਏ ਸਾਡਾ ਦੁੱਧ ਵਾਲਾ ਵੀ ਆ ਚੁੱਕਿਆ ਇੱਧਰ ਮੰਮੀ ਲੱਗੀ ਪਈ ਹੈ ਫੋਨ 'ਤੇ ਆਹ ਦੇਖ ਲਓ ਬਾਕੀ ਆ ਬੈਠੇ ਬੰਦੇ ਅੰਦਰ ਸੋ ਗਏ ਸਾਹਿਬ ਰੋਟੀ ਟੁੱਟੀ ਤਾਂ ਖਾ ਲਈ ਤਾਂ ਹੁਣ ਮੌਸਮ ਆਇਆ ਪਿਆ ਖਰਾਬ ਅਤੇ ਥੋੜ੍ਹੀ ਗਰਮੀ ਵੀ ਸੀ ਜ਼ਿਆਦਾ ਥੋੜ੍ਹੀ ਜੀ ਅਤੇ ਖੁੱਲ੍ਹੇ ਕੁੱਲੇ 'ਚ ਪਾਣੀ ਪਾਈਏ ਤੁਸੀਂ ਤਿਆਰੀ ਕਰੀਏ ਫਿਰ ਇੱਧਰ ਮੰਮੀ ਇੱਧਰ ਲੱਗੇ ਪਏ ਆਪਣੇ ਵੀ ਆਉਂਦੇ ਸਰਦੇ ਬਾਕੀ ਆ ਬੈਠੇ ਇਹਨਾਂ ਹੁਣ ਜਾ ਕੇ ਦੇਖਦੇ ਹਾਂ ਕੀ ਕਰਦੇ ਓਏ ਕਿਆ ਕਰ ਰਹੇ ਹੋ ਹੈਂ ਚਲਦਾ ਨੀ ਨੈਟ ਨੀ ਚਲਦਾ ਸੁਬਹ ਇਸਕੇ ਸੁਬਹ ਨੂੰ ਤੋੜ ਵਾਲੀ ਹੈ ਯਾਰ ਆਪਾਂ ਦੇਖੀ ਕਿਵੇਂ ਕਰੀ ਯਾਰ ਦੇਖ ਲਓ ਓਏ ਤੋੜ ਜ਼ਿਆਦਾ ਓਏ ਹੈਂ ਤੋੜ ਜ਼ਿਆਦਾ ਸੋਏ ਦੇਖ ਲੋ ਕਿਵੇਂ ਆਰਾਮ ਨਾਲ ਬੈਠੇ ਤਾਂ ਤੂੰ ਨਹੀਂ ਦੇਖਾ ਓਏ ਕਿਆ ਕਰ ਰਹੇ ਓਏ ਸੋਏ ਹਿੰਦੀ ਬੋਲੀ ਪਸੰਦ ਨੂੰ ਹਿੰਦੀ ਬੋਲੀ ਜ਼ਿਆਦਾ ਕਰਦਾ ਹੈ ਸੋਏ ਲੱਗੇ ਪਏ ਆ ਆਪਾਂ ਚੱਲੀਏ ਬਾਹਰ ਬੋਲ ਨੂੰ ਚਾਹ ਬਣਾ ਲਾ ਅੰਮੇ ਆਹ ਦੇਖ ਸਕਦੇ ਹੋ ਤੁਸੀਂ ਆਹ ਬਾਕੀ ਬੰਦੇ ਆਪਣੇ ਆਪ ਬਾਹਰ ਬੈਠੇ ਖੇਡ ਰਹੇ ਆ ਲੁੱਡੋ ਆਹ ਮੌਸਮ ਵੀ ਘੈਂਟ ਆਇਆ ਪਿਆ ਹੈਂ ਸੁਬਹ ਦੇਖ ਲੈਣ ਫੋਨ ਨਹੀਂ ਮਿਲਿਆ ਉਹਨੇ ਭੱਜੀ ਯਾਰ ਓਏ ਉਹ ਮੁੜਿਆ ਆਇਆ ਓਏ ਓਏ ਬਿਮਾਰੀ ਦੱਸ ਕੀ ਬਿਮਾਰੀ ਹੈ ਉਹ ਭੱਜ ਗਿਆ
सुबह जाके पता कह रहा है कहना चाय बना लो हूं की बारी पाई ओए बीमारी पाई बीमारी पाई क्यों चाह पीनी तू ए भी उपरला बोला है नहीं सचिन मुंगू ना ਇਹ ਤਾਂ ਲੱਗੀ ਵੀ ਚਾਲੀ ਤੋੜ ਬਾਕੀ ਦੋ ਜਣੇ ਉਹ ਬੈਠੇ ਉਰਿਆ ਕਿੱਥੇ ਜਾਣਾ ਹੈ ਦੱਸ दूध पी के तो काला हो जाता है बंदा तेरे को पता नहीं और क्या सुबह देख लो हमने चाह पी के क्या चल पता जाओ भाई बोल रहे तू ना चाय छोड़ दे दूध पी ले दूध और दूध कहाँ से लेके आएंगे हैं बता दे बता दे है वे सोया देर उस की में देखते लग रहे बड़ा तेज हो गया यार बड़ा तेज हो गया सोया लैन बंदे आ रहे हैं आज सो दे हूं कट्टा आई है हड्डी पशु ए कट्टा पशु कट्टे तो लेके आने में सारा लग जाना ओ कर दे ਸੋਗਾ ਜਿਹਨਾਂ ਦੀ ਕੰਮ ਵਾਲੀ ਇਹ ਉਹ ਭੂਆ ਬਣਾਉਣ ਆਈ ਆ ਸਾਨੂੰ ਭੂਆ ਸੀਗੀ ਹਜ਼ਾਰਾ ਓਕੇ ਚੱਲ ਠੀਕ ਹੈ ਸੋਗਾ ਜੇ ਤਾਂ ਗਏ ਟਾਟਾ ਬਾਏ ਬਾਏ ਸੋਗਾ ਜੇ ਤਾਂ ਹੁੰਦੇ ਅਤੇ ਹੁਣ ਆਪਾਂ ਚਾਹ ਪੀ ਕੇ ਸੋਨੇ ਆਏ ਆ ਅੱਖ ਜੀ ਦਿਖਾਈ ਉਹ ਅੱਖ 'ਚ ਮੰਮੀ ਦਾ ਫੋਨ ਤਾਂ ਲੱਗੀ ਹੋਈ ਆ ਚਾਹ ਚੂ ਨਹੀਂ ਬਣੀ ਗਈ ਅੰਮੀ ਤੱਕ ਸਵਾ ਦੇ ਲੋ ਅੱਠ ਵਜਾ ਕੇ ਗਈ ਫੇਰ ਆ ਗਿਆ ਓਏ ਤੂੰ ਫੇਰ ਆ ਗਿਆ ਓਏ ਕਹਾਂ ਗਿਆ ਤੂੰ ਬਤਾ ਦੇ ਹੈਂ ਸਵੇ ਦੇਖ ਲੋ ਕਿਵੇਂ ਭੱਜਿਆ ਫਿਰਦਾ ਕਮਰਿਆਂ 'ਚ ਮੈਨੂੰ ਪਤਾ ਲੱਗ ਜਾਏ ਬਸ ਵੀ ਕੀ ਗੱਲਬਾਤ ਹੈ ਉਹ ਇਹਨੇ ਸੁਣੇ ਪੈਰ ਤੇਰੇ ਹੈ ਓਏ ਸੋਏ ਦੇਖੋ ਉਹਨੇ ਦਿਖਾਓ ਬਦਲ ਚਲਾ ਗਏ ਫੋਨ ਚਲਾਇਆ ਹਾਂ ਓਏ ਦੇਖ ਲਓ ਕਿਵੇਂ ਚਲਾਈ ਜਾਂਦਾ ਆਰਾਮ ਨਾਲ ਹੁਣੇ ਚਾਹ ਪੀਊਗਾ ਫੇਰ ਹੀ ਜਾਊਗਾ ਉਹ ਤੋਂ ਪਹਿਲਾਂ ਨਹੀਂ ਜਾਂਦਾ ਹੁੰਦਾ ਨਹੀਂ ਤੂੰ ਕਿੱਥੇ ਪਹੁੰਚੀ ਸੁਬਹ ਰਾਤ ਦੇ 10-11-12 ਵਜੇ ਹੋਣਾ ਮਨਦਾ ਸਾਢੇ ਬਾਰਾਂ ਆਇਆ ਪਿਆ ਦੇਖ ਲਓ ਅਸੀਂ ਸਾਰੇ ਜਣੇ ਲਾਈਨ 'ਤੇ ਬੈਠੇ ਹਾਂ ਹਜੇ ਤੱਕ ਸੁਬਹ ਦੇਖਦੇ ਹਾਂ ਟਾਈਮ ਕਿੰਨਾ ਹੋ ਗਿਆ ਹਾਂ ਦੇਖੋ ਤੁਸੀਂ 12:21 ਹੋਏ ਪਏ ਅਸੀਂ ਹਜੇ ਤੱਕ ਲਾਈਨ 'ਤੇ ਬੈਠੇ ਹਾਂ ਲੈ ਲੁੱਟ ਦਾ ਕੁਛ ਨਹੀਂ ਪਤਾ ਇੱਧਰ ਗੁੱਪਣ ਹੀ ਰਹਿ ਪਿਆ ਪੂਰਾ ਗੇਟ ਸਾਡਾ ਫੁੱਟ ਚੁੱਕਾ ਆਵਾਜ਼ ਧੜੰਬ ਦੇਣੀ ਦੀ ਇੱਧਰ ਇੱਧਰ ਕੋਈ ਨਹੀਂ ਹੈ ਆ ਬੱਗਾ ਚਾ ਬੈਠਾ ਇੱਧਰ ਬਾਕੀ ਕਰਦੇ ਬੈਠੇ ਸਾਰੇ ਸੁਬਹ ਇੱਕ ਨੰਗਾ ਖੜਨਾ ਛੱਤ 'ਤੇ ਖੜਾ ਆ ਖੜਾ ਲੁਕੀ ਜਾ ਰਿਹਾ
ਥੋੜਾ ਘੁੰਮਦੇ ਹਨੇਰੇ ਦੇ ਵਿੱਚ ਬਾਲਾ ਬੁਲ ਖੇ ਮੈਂ ਅੱਖਾਂ ਵੀ ਬੜੀ ਸੁੱਜੀਆਂ ਪਈਆਂ ਅੱਖਾਂ 'ਚ ਦਵਾਈ ਜੀ ਪਾਈ ਆ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਲਾਈਟ ਚਲੀ ਜਾਂਦਾ ਸਾਰੀ ਗਲੀ ਵੈਸੇ ਬਾਹਰ ਹੀ ਬੈਠੀ ਸਾਡੀ ਸੁਬਹ ਬਿਜਲੀ ਆ ਚੁੱਕਿਆ ਲਾਈਟ ਜਾ ਚੁੱਕੀ ਹੈ ਸਾਡੀ ਹੁਣ ਚੈੱਕ ਕਰ ਰਿਹਾ ਕੁਆਲਿਟੀ ਦੱਸ ਸਜੇ ਨੂੰ ਆ ਖੜਾ ਦੇ ਸਕਦੇ ਹਾਂ ਅਸੀਂ ਨਿਕਲੀ ਕੁਆਲਿਟੀ ਬਸ ਲਓ ਜੀ ਕੰਮ ਵੱਧ ਗਿਆ ਇੱਥੇ ਦਾ ਪੂਰਾ ਆਹ ਰੋਟੀ ਵੀ ਦਾਰ ਸੋ ਗਏ ਹੁਣ ਘਰ ਆਈ ਇਹਨਾਂ ਦੀ ਰਾਤ ਨੂੰ ਸਾਰਾ ਸਮਾਨ ਵਿੱਚ ਹੁੰਦਾ ਬੰਦੇ ਵੀ ਆਏ ਨਾਲ ਗੱਡੀ ਬੜੀ ਖਤਰਨਾਕ ਆ ਦੂਜੀ ਆ ਬੰਦਾ ਝੜ ਪਏ ਸਿੱਧੇ ਉੱਤੇ ਦੇਖ ਸਕਦੇ ਹੋ ਬਿਜਲੀ ਉੜਾ ਲਈ ਕਿਵੇਂ ਲੱਗਿਆ ਪਿਆ ਅੱਧੀ ਰਾਤ ਨੂੰ ਡਿਊਟੀ ਕਰ ਰਿਹਾ ਆਪਦੀ ਪੂਰੀ ਦੇਖੋ ਬਾਕੀ ਹੋਰ ਇੱਧਰ ਕੋਈ ਨਜ਼ਰ ਨਹੀਂ ਆ ਰਿਹਾ ਬਾਕੀ ਬੰਦੇ ਉਹ ਬੈਠੇ ਉੱਧਰ ਇੱਧਰ ਬੱਗਾ 'ਚ ਬੈਠਾ ਬਾਕੀ ਆ ਖੜੇ ਸਾਰੇ ਮੈਂ ਵੀ ਇੱਥੇ ਖੜਾ ਸੋ ਆ ਸਿੱਧੇ ਤੁਸੀਂ ਲੱਗੇ ਪਏ ਕਿਵੇਂ ਸੋ ਇਹ ਬੰਦਾ ਹੋ ਚੁੱਕਿਆ ਉੱਪਰ ਇੱਕ ਦਾ ਰੋਟੀ ਵੀ ਹੈ ਬਸ ਸਹੀ ਸੈੱਟ ਕਰਨੀ ਹੈ ਗਲਾ ਹੱਥ ਲਾ ਕੇ ਦੇਖ ਰਿਹਾ ਹੈ ਕਰੰਟ ਤਾਂ ਨਹੀਂ ਆ ਰਿਹਾ ਕਿਤੇ ਸੋਏ ਤਾਂ ਜੁੜ ਚੁੱਕੀ ਉਹ ਦੇਖਦਾ ਕਿੱਧਰ ਬਣਦੇ ਖੜੇ ਆਹ ਖੜੇ ਦੇਖਣਾ ਤਾਂ ਹੁਣ ਦੇਖਦੇ ਹਾਂ ਕਿਤੇ ਪੜਾਕੇ ਪੜੂਕੇ ਦਾ ਕੰਮ ਜਾਂ ਨਾ ਹੋ ਜਾਏ ਕਿਤੇ